ਬੈਠਾ ਜਾਏ ਜੈਸਾ ਮਜ਼ਾ ਆ ਰਿਹਾ ਬਾਹਰ ਆ ਕੇ ਗਰਮੀ ਦੇ ਮੌਸਮ ਵਿੱਚ ਭਾਵੇਂ ਨਾ ਗਰਮੀ ਕੈਸੀ ਅਖੀਰ ਗਰਮੀ ਪੈ ਰਹੀ ਹੈ ਜੀ। ਅਸੀਂ ਆਏ ਹੈਗੇ ਹਾਂ ਇਸ ਟਾਈਮ ਗੱਟ ਵਾਲੇ ਕਨਾਰ ਰੋਡ, ਕਨਾਰ ਰੋਡ ਆ ਗੱਟ ਵਾਲੇ ਦੀ ਨਹਿਰ ਆਏ ਉੱਥੇ ਬੈਠੇ ਇੰਜੋਏ ਕਰ ਰਹੇ ਹਾਂ ਰਸਤਾ ਦੇ ਵਿੱਚ ਬੈਠੇ ਹਾਂ ਮਜ਼ਾ ਆ ਰਿਹਾ ਇਹ ਸਾਡੇ ਨਵੀਨ ਭਾਈ ਠੀਕ ਹੈ ਨਾ ਅਤੇ ਗਰਮੀ ਵਿੱਚ ਅਖੀਰ ਪਸੀਨੇ ਪਸੀਨੇ ਹੋਏ ਆ ਪਿਛਲੀ ਸਾਈਡ ਦੇ ਰਸਤਾ ਹੁਣ ਅਸੀਂ ਜਾ ਰਹੇ ਹੈਗੇ ਆ ਨਦੀਮ ਭਾਈ ਕਿੱਥੇ ਚੱਲੇ ਜੇ ਕੋਨੇ ਕਿਹੜੀ ਜਗ੍ਹਾ ਤੇ ਮੀਆਂ ਸਾਹਿਬ ਦੇ ਦਫ਼ਤਰ ਮੀਆਂ ਸਾਹਿਬ ਨੇ ਬੁਲਾਇਆ ਜੀ ਕਹਿੰਦਾ ਆਜੋ ਜੀ ਤੁਹਾਨੂੰ ਨਵਾਈਏ ਹੁਣ ਅਸੀਂ ਠੰਡੇ 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 ਪਾਣੀ ਨਾਲ ਨਹਾਉਣਾ ਚਾਹੀਏ ਹੁਣ ਅਸੀਂ ਠੰਡੇ ਠੰਡੇ ਪਾਣੀ ਨਾਲ ਨਹਾਉਣ ਚੱਲੇ ਹਾਂ ਜੀ ਚਲੋ ਜੀ ਲਓ ਜੀ ਅਬ ਹਮ ਜਾ ਰਹੇ ਹਾਂ ਆਪਣੀ ਮੰਜ਼ਿਲ ਕੀ ਤਰਫ ਰਵਾਂ ਦਵਾਂ ਠੀਕ ਹੈ ਇੱਧਰ ਅਸੀਂ ਜਾ ਰਹੇ ਹਾਂ ਇੱਧਰ ਨੂੰ ਚੱਕ ਨੰਬਰ 208 ਰੋਡ ਠੀਕ ਹੈ ਇਹ ਕਸ਼ਮੀਰ ਅੰਡਰਪਾਸ ਜਿਹਾ ਇਹਦਾ ਨੀਚੇ ਨੂੰ ਜਾ ਰਿਹਾ ਕਸ਼ਮੀਰ ਅੰਡਰਪਾਸ ਇਹ ਵਾਲਾ ਅਸੀਂ ਇੱਥੋਂ ਐਨ ਹੋਏ ਦੇਖੋ ਸਾਹਮਣੇ ਮਾਸ਼ਾਅੱਲਾ ਕਲਮਾ ਲਿਖਿਆ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਕੇ ਸਿਵਾ ਕੋਈ ਮਹਬੂਦ ਨਹੀਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਕੇ ਰਸੂਲ ਹੈ ਹੁਣ ਅਸੀਂ ਜਾ ਰਹੇ ਹਾਂ ਕੈਪਟਨ ਸਾਹਿਬ ਜੀ ਲਓ ਜੀ ਹੁਣ ਇੱਥੋਂ ਅਸੀਂ ਫਿਰ ਰਿਟਰਨ ਵਾਪਸ ਲੈ ਲੈਣਾ ਹੈਗਾ ਇੱਥੋਂ ਚਲੋ ਜੀ ਵਾਪਸੀ 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 ਲਓ ਜੀ ਹੁਣ ਅਸੀਂ ਵਾਪਸ ਜਾ ਰਹੇ ਹਾਂ ਇੱਧਰ ਨੂੰ ਕਿੱਧਰ ਨੂੰ ਪਾਣੀ ਪੀਣਾ ਅੱਛਾ ਵਾਟਰ ਪਲਾਈ ਪੀ ਵਾਟਰ 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 ਲਓ ਜੀ ਹੁਣ ਮਿਲਦੇ ਹਾਂ ਤੁਹਾਨੂੰ ਪੂਲ 'ਤੇ ਜਾ ਕੇ ਅਸਲਾਮ ਵੈਲਕਮ ਬੈਕ ਬ੍ਰੈਂਡ ਨਿਊ ਵਲੋਗ ਅੱਜ ਦਾ ਵਲੋਗ ਸਟਾਰਟ ਕਰਦੇ ਹਾਂ ਆਓ ਵਲੋਗ ਦਾ ਮਜ਼ਾ ਲਓ ਅਤੇ ਨਾਲ ਜੁੜੇ ਰਹਿਣਾ ਕਮੈਂਟ ਕਰਕੇ ਲਾਜ਼ਮੀ ਦੱਸਣਾ ਵਲੋਗ ਕੈਸਾ ਲੱਗਾ ਮੇਰੇ ਚੈਨਲ ਨੂੰ ਪਹਿਲੇ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਆਲ ਕਰ ਦਿਓ ਨਾਲ ਇੰਜੋਏ ਕਰੋ ਨਾਲੇ ਕਮੈਂਟ 'ਚ ਦੱਸਣਾ ਕੈਸਾ ਵਲੋਗ ਬਣਿਆ ਹਾਂਜੀ ਸਲਾਨ ਭਾਈ ਕਿਆ ਤਾਸਰਾਤ ਹੈ ਕਿਆ ਫਰਮਾਓਗੇ ਆਪ ਸਲਾਨ ਭਾਈ ਇਸ ਤਰ੍ਹਾਂ ਤੋਂ ਦੇਖੇ ਯਾਰ ਸਲਾਨ ਭਾਈ ਬਾਈ ਬਾਈ ਦੇਖਿਓ ਸਹੀ ਆ ਰਹੀ ਹੈ ਵੀਡੀਓ ਸਲਾਨ ਭਾਈ ਇਹ ਹੈ ਹਮਾਰੇ ਮਾਰਕੀਟ ਕੇ ਡਾਊਨ ਮਰਜ਼ੀ ਹੈ ਸਲਾਨ ਭਾਈ ਮਾਸ਼ਾਅੱਲਾ ਜੀ ਅੱਲਾਹ ਦੀ ਕੁਦਰਤ ਦਾ ਨਿਜ਼ਾਮ ਦੇਖੋ ਜੀ ਅੱਜ ਬੜੀ ਗਰਮੀ ਸੀਗੀ
ਅਤੇ ਅੱਲਾਹ ਤਾਲਾ ਦੀ ਰਾਤ ਨੇ ਬਾਰਿਸ਼ ਬਰਸਾਤੀ ਹੈ ਨੀਚੇ ਮਾਸ਼ਾ ਅੱਲਾਹ ਦੇਖੋ ਸਵਿਮਿੰਗ ਪੂਲ 'ਤੇ ਜਾਣਾ ਸੀ ਨਹਾਉਣ ਨਹੀਂ ਗਏ ਅੱਲਾਹ ਤਾਲਾ ਦੇ ਰਾਤ ਨੇ ਆਪਣਾ ਸਵਿਮਿੰਗ ਪੂਲ ਬਣਾ ਦਿੱਤਾ ਦੇਖੋ ਬਾਰਿਸ਼ ਬੜੀ ਜ਼ੋਰ ਦੇ ਨਾਲ ਆ ਰਹੀ ਹੈ ਬੱਚੇ ਨਾਲ ਆ ਰਹੇ ਨੇ ਇੰਜੋਏ ਕਰ ਰਹੀ ਹੈ ਵਾਮ ਪਾਰਕ ਆਪਣੀ ਦੁਕਾਨ ਹੈ ਨਾਲੇ ਚੱਲ ਪਏ ਨੇ ਮਾਸ਼ਾ ਅੱਲਾਹ ਦੇਖੋ ਜੀ ਅੱਲਾਹ ਪਾਕ ਨੇ ਰਹਿਮਤ ਕਰਤੀ ਬਹੁਤ ਗਰਮੀ ਪੈ ਰਹੀ ਸੀਗੀ ਗਰਮੀ ਦਾ ਤੋੜ ਬਾਰੇ ਆਇਆ ਸਾਹਮਣੇ ਅੰਬਰ ਭਾਈ ਵਾਦਾ ਦੇ ਰਹੇ ਨੇ ਜੀ ਠੀਕ ਹੈ ਪਾਣੀ ਖੜਾ ਹੋਣਾ ਸ਼ੁਰੂ ਹੋ ਗਿਆ ਇਹ ਸਾਹਮਣੇ ਸਾਡੇ ਸਟੇਡੀਅਮ ਆ ਸਟੇਡੀਅਮ ਕਹਿ ਰਹੇ ਹਾਂ ਉਹਨਾਂ ਨੇ ਉਹ ਬਣਾਇਆ ਵਾ ਕ੍ਰਿਕਟ ਖੇਡਣ ਲਈ ਮਾਸ਼ਾ ਅੱਲਾਹ ਜੀ ਮਾਸ਼ਾ ਅੱਲਾਹ ਮੌਸਮ ਠੰਡਾ ਹੋ ਗਿਆ ਗਰਮੀ ਦਾ ਜ਼ੋਰ ਟੁੱਟ ਗਿਆ ਅੱਲਾਹ ਤਾਲਾ ਦੀ ਰਾਤ ਨੇ ਤੋੜਿਆ ਜੀ ਦੇਖੋ ਕਿਆ ਬਾਰਿਸ਼ ਹੈ ਕਿਆ ਮੌਸਮ ਹੈ ਮੇਰੇ ਮਾਲਕ ਦਾ ਕਰਮ ਦੇਖੋ ਇੱਥੇ ਵੀ ਲੋਕ ਤਾਂ ਐਂਡ ਕਰਦੇ ਆ ਤੁਹਾਨੂੰ ਆਪਾਂ ਲੋਕ ਅੱਛਾ ਲੱਗਾ ਹੋਵੇ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਆਪਣੇ ਦੋਸਤਾਂ ਦੇ ਨਾਲ ਕੇ ਸ਼ੇਅਰ ਕਰੋ ਓਕੇ ਅੱਲਾਹ ਫਿਰ ਮਿਲਦੇ ਹਾਂ ਅਗਲੇ ਨਵੇਂ ਬਲੌਗ ਦੇ ਨਾਲ